ਆ ਗਿਆ ਬਾਬੇ। ਸਤਿ ਸ੍ਰੀ ਅਕਾਲ ਦੋਸਤੋ, ਕੰਬੋਜ ਰੈਕਟਸ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਨ ਔਜਲਾ ਦੇ ਰਿਲੇਟਡ ਬਹੁਤ ਹੀ ਵੱਡੀਆਂ ਅਪਡੇਟਸ ਵੇਖਣ ਨੂੰ ਮਿਲਣਗੀਆਂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਕਰਨ ਔਜਲਾ ਜ਼ਰੂਰ ਲਿਖਿਓ। ਵੱਧਦੇ ਹਾਂ ਆਪਣੀ ਪਹਿਲੀ ਅਪਡੇਟ ਵੱਲ। ਹਾਂਜੀ, 2-3 ਦਿਨਾਂ ਤੋਂ ਕਰਨ ਔਜਲਾ ਦੀ ਪੂਰੀ ਟੀਮ ਦੇ ਵੱਲੋਂ ਕਰਨ ਔਜਲਾ ਦੀ ਐਲਬਮ ਦੀ ਬਹੁਤ ਹੀ ਜ਼ਿਆਦਾ ਪ੍ਰਮੋਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਵੀ ਕਰਨ ਔਜਲਾ ਦੀ ਟੀਮ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਕੋਈ ਸਟੋਰੀ ਸ਼ੇਅਰ ਕੀਤੀ ਜਾਂਦੀ ਹੈ ਤਾਂ ਹੈਸ਼ਟੈਗ ਬੈਕ ਦਾ ਫੱਕਅਪ ਜ਼ਰੂਰ ਲਿਖਿਆ ਜਾਂਦਾ ਹੈ। ਕਰਨ ਔਜਲਾ ਦਾ ਇੱਕ ਪੱਕਾ ਯਾਰ ਦੋਸਤ ਜਿਸ ਦਾ ਨਾਮ ਹੈ ਸੁੱਖ ਬਾਜਵਾ, ਇਸ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ਬੈਕ ਦਾ ਫੱਕਅਪ ਔਰ ਗੈਟ ਸਮੈਕ ਦਾ ਫੱਕਅਪ। ਹਾਂਜੀ, ਕਿਸ ਕਿਸ ਨੂੰ ਵੇਟ ਹੈ ਕਰਨ ਔਜਲਾ ਦੀ ਐਲਬਮ ਦੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਵੱਧਦੇ ਆਪਣੀ ਦੂਜੀ ਅਤੇ ਲਾਸਟ ਅਪਡੇਟ ਵੱਲ। ਹਾਂਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲਾ ਦੇ ਬਹੁਤ ਸਾਰੇ ਫੈਨਸ ਨੇ ਅਤੇ ਕੋਈ ਨਾ ਕੋਈ ਕਰਨ ਔਜਲਾ ਦੀ ਸਪੋਰਟ ਕਰਦਾ ਹੀ ਰਹਿੰਦਾ ਹੈ। ਅਤੇ ਉੱਥੇ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਰੈੱਡ FM ਟੋਰਾਂਟੋ ਦੇ ਵੱਲੋਂ ਕਰਨ ਔਜਲਾ ਦੇ ਬਾਰੇ ਕੁਝ ਐਸੀਆਂ ਗੱਲਾਂ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਤੁਹਾਨੂੰ ਵੀ ਸ਼ਾਇਦ ਨਹੀਂ ਪਤਾ ਹੋਣਗੀਆਂ, ਤੇ ਉਸਦੀ ਵੀਡੀਓ ਤੁਸੀਂ ਵੀ ਸਕਰੀਨ ਦੇ ਉੱਤੇ ਵੇਖ ਸਕਦੇ ਜੋ। ਕਿਹਾ ਜਾਂਦਾ ਹੈ ਕਿ ਇੱਕ ਵੈਡਿੰਗ ਫੰਕਸ਼ਨ ਤੇ ਜੱਸੀ ਗਿੱਲ ਦੀ ਮੁਲਾਕਾਤ ਕਰਨ ਔਜਲਾ ਦੇ ਨਾਲ ਹੋਈ ਐਂਡ ਜੱਸੀ ਗਿੱਲ ਨੂੰ ਕਰਨ ਔਜਲਾ ਦਾ ਕੰਮ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਸ਼ਾਇਦ ਇਹੀ ਰੀਜ਼ਨ ਹੈ ਕਿ ਇਸੇ ਕਰਕੇ ਉਹਨਾਂ ਦੋਵਾਂ ਨੇ ਰੇਂਜ ਗਾਣੇ ਲਈ ਕੋਲੈਬੋਰੇਟ ਕੀਤਾ। ਜੋ ਇਸ ਵੀਡੀਓ ਨੂੰ ਪੂਰਾ ਵੇਖਣਾ ਚਾਹੁੰਦੇ ਨੇ, ਇਸ ਵੀਡੀਓ ਨੂੰ ਆਪਾਂ ਇੰਸਟਾਗ੍ਰਾਮ ਦੇ ਉੱਤੇ ਸਟੋਰੀ ਪਾ ਕੇ ਸ਼ੇਅਰ ਕਰ ਦਿੱਤਾ ਹੈ, ਉੱਥੇ ਜਾ ਕੇ ਤੁਸੀਂ ਵੇਖ ਸਕਦੇ ਜੋ। ਅਤੇ ਇੰਸਟਾਗ੍ਰਾਮ ਆਈ ਡੀ ਤੁਹਾਨੂੰ ਸਕਰੀਨ ਦੇ ਉੱਤੇ ਦਿੱਤੀ ਹੋਵੇਗੀ, kambo.trackets, ਉੱਥੇ ਜਾ ਕੇ ਫੋਲੋ ਕਰ ਲਿਓ। ਬਾਕੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਰ ਦਿਓ ਅਤੇ ਆਪਣੇ ਯਾਰਾਂ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਅਤੇ ਕਰਨ ਔਜਲਾ ਦੀਆਂ ਇੱਦਾਂ ਹੀ ਹੋਰ ਵੱਡੀਆਂ ਅਪਡੇਟਸ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਚੰਗਾ, ਚੱਲਦੇ ਹਾਂ, ਥੈਂਕ ਯੂ।